ਬਿਸਮਿਲ ਲਾਹਿ ਰਹਿਮਾਨ ਰਹੀਮ। ਅਸਲਾਮ ਅਲੈਕਮ। ਕੈਸੇ ਮੇਰੇ ਭੈਣ ਭਰਾ, ਉਮੀਦ ਕਰਦਾ ਠੀਕ ਠਾਕ ਹੋਣਗੇ। ਅੱਲਾ ਖੁਸ਼ ਰੱਖੇ, ਸ਼ਾਦੋਬਾਦ ਰੱਖੇ। ਇਸੇ ਦੁਆ ਨਾਲ ਕਰਦੇ ਹਾਂ ਅੱਜ ਦੀ ਵੀਡੀਓ ਸ਼ੁਰੂ। ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਛੋਟੀ ਜਿਹੀ ਗੁਜ਼ਾਰਿਸ਼ ਕਿ ਇਮਰਾਨ ਵੀਰ ਚੈਨਲ ਸਬਸਕ੍ਰਾਈਬ ਕਰ ਲਓ, ਬੈੱਲ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀ ਸਾਡੀ ਵੀਡੀਓ ਭੈਣਾਂ ਭਰਾਵਾਂ ਤੱਕ ਵਾਰ ਵਕਤ ਪਹੁੰਚਦੀ ਰਹੇ। ਅਸਲਾਮ ਅਲੈਕੁਮ। ਅੱਛਾ ਜੀ, ਅੱਜ ਦੀ ਸਾਡੀ ਵੀਡੀਓ ਕੁਛ ਇਸ ਤਰ੍ਹਾਂ ਦੀ ਹੈ, ਭੈਣਾਂ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ ਕਿ ਮੌਸਮ ਖਰਾਬ ਆ, ਦੇਖ ਸਕਦੇ ਤੁਸੀਂ ਬੱਦਲ ਆ ਗਏ, ਥੋੜ੍ਹਾ ਜਿਹਾ ਮੌਸਮ ਨਾਲ ਕੋਈ ਸਾਫ਼ ਹੋਇਆ ਵਾ, ਅਤੇ ਇਸ ਦੀ ਵਜ੍ਹਾ ਨਾਲ ਜਿਹੜੀਆਂ ਜ਼ਿਮੀਂਦਾਰ ਭਰਾਵਾਂ ਨੇ ਕਣਕਾਂ ਬੀਜੀਆਂ ਹੋਈਆਂ ਉਹ ਲੇਟ ਤੋਂ ਲੇਟ ਹੋਣ ਲਏ ਆ, ਅਤੇ ਸਾਡੇ ਘਰ ਜਿਹੜਾ ਆਟਾ ਸੀਗਾ ਉਹ ਵੀ ਖਤਮ ਹੋ ਗਿਆ। ਆਪਣੇ ਭੈਣਾਂ ਭਰਾਵਾਂ ਨੂੰ ਖਾਂਦੇ ਸੀ ਜਿਸ ਬਰਤਨ 'ਚ ਅਸੀਂ ਆਟਾ ਰੱਖਦੇ ਸੀਗੇ। ਸਾਡਾ ਕੈਮਰਾ ਮੈਨ ਦਿਖਾਉਂਦਾ ਧਿਆਨ, ਇਹ ਦੇਖੋ ਜੀ, ਇਹ ਸਾਡਾ ਆਟੇ ਵਾਲਾ ਬਰਤਨ ਆ। ਇਹ ਤਕਰੀਬਨ ਆਟਾ ਸਾਡਾ ਇੱਕ ਦਿਨ ਦਾ, ਜਾਣੀ ਕਿ ਇੱਕ ਦਿਨ 'ਚ ਅਸੀਂ ਇੱਕ ਟਾਈਮ ਅਸੀਂ ਇਸਤੇਮਾਲ ਕਰ ਸਕਦੇ ਹਾਂ, ਅਤੇ ਫਿਰ ਬਿਲਕੁਲ ਖਾਲੀ ਹੋ ਜਾਣਾ। ਅੱਲਾ ਪਾਕ ਦਾ ਸ਼ੁਕਰ ਹੈ, ਪਹਿਲੇ ਰਮਜ਼ਾਨ ਦੇ ਵਿੱਚ ਇੱਕ ਦੋ ਘਰਾਂ ਨੇ ਰਾਸ਼ਨ ਦਿੱਤਾ ਸੀ ਅਤੇ ਵਿੱਚ ਆਟਾ ਆ ਗਿਆ ਸੀ, ਉਹਦੇ 5-5 ਕਿਲੋ ਆਟਾ ਸੀਗਾ ਤਕਰੀਬਨ, ਅਤੇ ਉਹ ਅਸੀਂ ਚਲਾਉਂਦੇ ਰਹੇ, ਅਤੇ ਹੁਣ ਆ ਕੇ ਜਿਹੜਾ ਵਾ ਥੋੜ੍ਹੀ ਜਿਹੀ ਪਰੇਸ਼ਾਨੀ ਆਉਣ ਲਈ ਹੈ। ਅਤੇ ਮੌਸਮ ਦੇ ਲਿਹਾਜ਼ ਨਾਲ ਜਿਹੜੀ ਕਣਕ ਕੱਟਣੀ ਹੁੰਦੀ ਜ਼ਿਮੀਂਦਾਰਾਂ ਨੇ, ਦਾਣੇ ਆਉਂਦੇ ਨਵੇਂ ਅਤੇ ਉਹ ਫਿਰ ਇਸਤੇਮਾਲ ਕਰ ਲਈਦੇ ਸੀ, ਕਿਸੇ ਤੋਂ ਲੈ ਲਈਦੇ ਸੀ, ਜਾਂ ਅਸੀਂ ਆਪਣੀ ਮਿਹਨਤ ਕਰਕੇ ਅਤੇ ਕਣਕ ਬਣਾ ਲਈਦੀ ਸੀਗੀ ਦਾਣੇ, ਅਤੇ ਉਹ ਮੌਸਮ ਦੀ ਵਜ੍ਹਾ ਤੋਂ ਉਹ ਵੀ ਲੇਟ ਹੁੰਦੇ ਆ। ਕਮ ਸੇ ਕਮ ਸਾਡੇ ਇਲਾਕੇ ਦੇ ਵਿੱਚ ਅੱਜ ਤੋਂ ਕਟਾਈ ਸ਼ੁਰੂ ਆ ਵੀ, ਬਹੁਤ ਥੋੜ੍ਹੇ ਥੋੜ੍ਹੇ ਜਿਹੜੇ ਲੋਕ ਹਾਲੇ ਨਾ ਕਣਕ ਦੀ ਕਟਾਈ ਕਰਨ ਲੱਗੇ ਆ, ਅਤੇ ਇਸ ਵਜ੍ਹਾ ਤੋਂ ਫਿਰ ਅੱਗੇ ਲੇਟ ਤੋਂ ਲੇਟ, ਹਾਲੇ ਵੀ ਕੱਲ੍ਹ ਜੁਮੇ ਦਾ ਦਿਨ ਆ, ਅੱਜ ਜੁਮੇ ਰਾਤ ਆ, ਅਤੇ ਕੱਲ੍ਹ ਤੱਕ ਮੌਸਮ ਸਾਡੇ ਖਰਾਬ ਦੱਸਿਆ ਹੋਇਆ, ਅਤੇ ਕੱਲ੍ਹ ਹੋ ਸਕਦਾ ਬਾਰਿਸ਼ ਦਾ ਮੌਸਮ ਬਣ ਜਾਵੇ। ਹਾਂਜੀ, 20 ਤਰੀਕ ਤੱਕ ਦੱਸਿਆ ਮੌਸਮ ਖਰਾਬ ਨਾ, ਅਤੇ ਉਸ ਦੀ ਵਜ੍ਹਾ ਨਾਲ ਕਣਕ ਹੋਰ ਲੇਟ ਹੋਣ ਦੀ ਆ, ਅਤੇ ਇਹ ਸਾਨੂੰ ਪਰੇਸ਼ਾਨੀ ਵੀ ਜਿਹੜਾ ਅੱਗੇ ਅਸੀਂ ਘਰ ਦਾ ਨਿਜ਼ਾਮ ਕਿੱਦਾਂ ਚਲਾਵਾਂਗੇ। ਬਾਕੀ ਤਾਂ ਅੱਲਾ ਦਾ ਸ਼ੁਕਰ ਆ, ਬੰਦਾ ਕੋਈ ਨਮਕ ਮਿਰਚ ਘਿਓ ਕੋਈ ਮਸਾਇਆਂ ਤੋਂ ਵੀ ਲੈ ਲੈਂਦਾ ਜਾਂ ਮਤਲਬ ਕਿਤੋਂ ਮੰਗ ਲੈਂਦਾ, ਅਤੇ ਲੇਕਿਨ ਜਿਹੜੀ ਆਟਾ ਹੁੰਦਾ ਖਾਸ ਤੌਰ ਇਹਨਾਂ ਦਿਨਾਂ 'ਚ ਆ ਕੇ ਸਾਡੇ ਜ਼ਿਮੀਂਦਾਰਾਂ ਭਰਾਵਾਂ ਕੋਲ ਵੀ ਖਤਮ ਹੋ ਜਾਂਦੀ ਹੈ ਗੰਦਮ ਕਣਕ। ਆਮ ਬੰਦਾ ਕਿਸੇ ਤੋਂ ਲੈਣ ਜੋਗਾ ਵੀ ਨਹੀਂ, ਬੰਦਾ ਕਹਿੰਦਾ ਚਲੋ ਉਧਾਰ ਹੀ ਲੈ ਲੈਂਦਾ ਹੈਗਾ ਵੀ, ਜਦੋਂ ਆਉਂਦੀ ਆ ਫਸਲ ਤੇ ਕਣਕ ਆਉਂਦੀ ਆ, ਅੱਲਾ ਖੈਰ ਰੱਖੇ ਬੰਦਾ ਦੇ ਦਿੰਦਾ, ਵਾਪਸ ਕਰ ਲੈਂਦਾ ਹੈਗਾ, ਤੇ ਉਹ ਵੀ ਹਿਸਾਬ ਨਹੀਂ, ਕਿਉਂਕਿ ਅੱਜ ਕੱਲ੍ਹ ਜ਼ਿਮੀਂਦਾਰਾਂ ਦੇ ਵੀ ਪੂਰੀ ਪੂਰੀ ਰੱਖਦੇ ਆ, ਅਤੇ ਉਹ ਵੀ ਨਹੀਂ ਲੈ ਸਕਦੇ ਕਿਸੇ ਕੋਲੋਂ ਵੀ, ਅਤੇ ਸਟੋਰ ਤੋਂ ਵੀ ਆਟਾ ਪਤਾ ਕੀਤਾ ਸੀਗਾ, ਸਟੋਰ ਤੋਂ ਵੀ ਨਹੀਂ ਲੱਭਾ, ਕਿਉਂਕਿ ਈਦ ਦਾ ਕਰਕੇ ਪਹਿਲੇ ਈਦ ਤੋਂ ਵੀ ਪਤਾ ਕੀਤਾ, ਰਸ਼ ਬਹੁਤ ਜ਼ਿਆਦਾ ਸੀ ਉਸ ਦਿਨ ਅਸੀਂ ਗਏ ਸੀ, ਅਤੇ ਨਹੀਂ ਮਿਲਿਆ ਸੀ, ਫਿਰ ਈਦ 'ਤੇ ਕਾਫੀ ਖਰਚਾ ਹੋ ਗਿਆ, ਬੱਚਿਆਂ ਨੇ ਚੀਜ਼ਾਂ ਚੂਜ਼ਾਂ ਲਿਆਉਣੀਆਂ ਸੀ, ਉਹ ਲਿਆਉਂਦੀਆਂ ਕੱਪੜੇ ਕੁੱਪੜੇ ਜੁੱਤੀਆਂ, ਬੱਚਿਆਂ ਦੀ ਜ਼ਾਹਿਰ ਜੀ ਗੱਲ ਆ ਈਦ ਹੁੰਦੀ ਆ, ਅਤੇ ਇਸ ਦੀ ਵਜ੍ਹਾ ਨਾਲ ਸਟੋਰ ਤੋਂ ਹੁਣ ਈਦ ਤੋਂ ਬਾਅਦ ਪਤਾ ਕੀਤਾ ਕਿ ਹਜੇ ਤੱਕ ਆਟਾ ਆਇਆ ਹੀ ਨਹੀਂ, ਰਾਸ਼ਨ ਮਤਲਬ ਕਿ ਥੋੜ੍ਹਾ ਥੋੜ੍ਹਾ ਸੀਗਾ, ਨਾ ਆਟਾ ਨਾ ਘੀ ਨਾ ਚੀਨੀ ਸਟੋਰ 'ਤੇ ਆਇਆ ਹੀ ਨਹੀਂ, ਬਸ ਸ਼ੁਕਰ ਉਸ ਮਾਲਕ ਦਾ। ਅਸੀਂ ਜਿਹੜੇ ਡਰੰਮ ਦੇ ਵਿੱਚ ਦਾਣੇ ਜਮ੍ਹਾਂ ਕਰਕੇ ਰੱਖਦੇ ਹਾਂ ਉਹ ਵੀ ਭੈਣਾਂ ਭਰਾਵਾਂ ਨੂੰ ਦਿਖਾਉਂਦੇ ਸੀ। ਅੱਛਾ ਜੀ, ਆਹ ਵਾ ਸਾਡਾ ਡਰੰਮ ਜਿਹਦੇ ਵਿੱਚ ਅਸੀਂ ਦਾਣੇ ਜਮ੍ਹਾਂ ਕਰਦੇ ਹਾਂ ਸਾਲ ਦੇ, ਜਿਸ ਤਰ੍ਹਾਂ ਕਿ ਹੁਣ ਕਣਕ ਜਦੋਂ ਆਉਣੀ ਆ ਅਸੀਂ ਇਹਦੇ ਵਿੱਚ ਦਾਣੇ ਭਰ ਲੈਣੇ ਆ,
ਤੇ ਇਹ ਫੁੱਲ ਨਹੀਂ ਯਾਨੀ ਕਿ ਪੂਰਾ ਨਹੀਂ ਭਰਿਆ ਜਾਂਦਾ ਸਾਡੇ ਕੋਲੋਂ, ਤਕਰੀਬਨ ਅੱਧੇ ਤੋਂ ਥੋੜ੍ਹਾ ਜਿਹਾ ਜ਼ਿਆਦਾ ਹੁੰਦਾ ਆ, ਅਤੇ ਫਿਰ ਇਹਨਾਂ ਦਿਨਾਂ 'ਚ ਆ ਕੇ ਇਹ ਵੀ ਖਤਮ ਹੋ ਜਾਂਦਾ, ਅਤੇ ਹੁਣ ਵੀ ਖਾਲੀ ਆ, ਤੁਸੀਂ ਇਹ ਦੇਖ ਸਕਦੇ ਹੋ ਕਿੰਨਾ ਦਿਆ, ਬਿਲਕੁਲ ਖਾਲੀ ਆ। ਇਹ ਮੇਰੇ ਭੈਣ ਭਾਈ ਅੰਦਰੋਂ ਵੀ ਦੇਖ ਲਓ, ਬਿਲਕੁਲ ਖਾਲੀ ਹੋ ਗਿਆ ਇਹ। ਹਾਂਜੀ, ਬਸ ਸ਼ੁਕਰ ਅੱਲਾ ਪਾਕ ਦਾ ਕਰਾਂਗੇ ਇਨਸ਼ਾਅੱਲਾ। ਐਤ ਕੇ ਸੋਚਿਆ ਵੀ ਵਾਢੀ ਕਰਾਂਗੇ, ਜਿਹੜੇ ਅੰਡ ਵਾਲੇ ਦਿਨਾਂ 'ਚ ਦਾਣੇ ਮੁੱਕ ਜਾਂਦੇ ਆ, ਉਹ ਪਰੇਸ਼ਾਨੀ ਹਰ ਸਾਲ ਹੀ ਸਾਨੂੰ ਹੁੰਦੀ ਆ ਆ ਕੇ ਨਾ ਇਹਨਾਂ ਦਿਨਾਂ ਦੇ ਵਿੱਚ। ਵਾਢੀ ਵੀ ਅਸੀਂ ਇੱਦਾਂ ਕਰਦੇ ਹਾਂ ਕਿ ਜੇ ਅਸੀਂ ਮਤਲਬ ਵਾਢੀ ਕਰੀਏ, ਕਣਕ ਵੱਢੀਏ ਖੇਤਾਂ 'ਚ ਜਾ ਕੇ, ਅਤੇ ਫਿਰ ਆ ਘਰ ਦਾ ਨਿਜ਼ਾਮ ਨਹੀਂ ਚੱਲਦਾ। ਮਸਲਨ ਕਿ ਵੀ ਘਰ ਦਾ ਨਿਜ਼ਾਮ ਇਸ ਤੋਂ ਨਹੀਂ ਚੱਲਦਾ ਵੀ ਅਸੀਂ ਜੇ ਦੋਨੇ ਮੀਆਂ ਬੀਵੀ ਕਣਕ ਵੱਢੀਏ, ਤੁਹਾਨੂੰ ਪਤਾ ਕਿ ਬੱਚਿਆਂ ਦੀ ਪੜ੍ਹਾਈ ਦਾ ਖਰਚਾ, ਹੋਰ ਵੀ ਖਰਚੇ ਘਰਾਂ ਦੇ ਕਈ ਹੁੰਦੇ, ਤੁਹਾਨੂੰ ਪਤਾ ਘਰ ਦਾ ਹੀ ਇੰਨੀ ਮਹਿੰਗਾਈ ਹੈਗੀ ਆ, ਘਰ ਦਾ ਹੀ ਨਹੀਂ ਸਰਕਸ ਚੱਲਦਾ। ਕੰਮ ਤੋਂ ਬੰਦਾ, ਹਾਂਜੀ, ਕੰਮ ਤੋਂ ਛੁੱਟੀ ਕਰੇ ਅਤੇ ਫਿਰ ਵਾਢੀ ਕਰੇ, ਕੰਮ ਤੋਂ ਛੁੱਟੀ ਕਰ ਲਓ ਤਾਂ ਫਿਰ ਤੁਹਾਨੂੰ ਪਤਾ ਵੀ ਜਿਹੜਾ ਆਕਾ ਜਾਤ ਵੀ ਚਾਹੀਦੇ ਘਰ ਦੇ ਵਿੱਚ, ਅਤੇ ਜਿਹੜਾ ਉਹ ਫਿਰ ਨਹੀਂ ਸਿਸਟਮ ਚੱਲਦਾ। ਪਰੇਸ਼ਾਨੀ ਆਈ ਸੀ, ਮੈਂ ਤਾਂ ਆਪਣੇ ਭੈਣਾਂ ਭਰਾਵਾਂ ਨਾਲ ਸ਼ੇਅਰ ਕਰਦੇ ਹਾਂ, ਅੱਲਾ ਪਾ ਕੇ ਇਹਨਾਂ ਨੂੰ ਖੁਸ਼ ਰੱਖੇ, ਸ਼ਾਦੋ ਬਾਗ ਰੱਖੇ। ਹੈਗੇ ਆਹ ਹੀ 15-20 ਦਿਨ ਆ, ਉਸ ਤੋਂ ਬਾਅਦ ਇਨਸ਼ਾਅੱਲਾ ਨਵੀਂ ਕਣਕ ਆ ਜਾਣੀ ਹੈ, ਅਤੇ ਫਿਰ ਉਹ ਮੌਸਮ ਦੀ ਬਾਅਦ ਤੋਂ ਅੱਗੇ ਤੋਂ ਅੱਗੇ ਲੇਟ ਹੋ ਜਾਂਦੇ ਨੇ, ਅਤੇ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਕਮ ਸੇ ਕਮ ਕਾਫੀ ਕਟਾਈ ਹੋ ਜਾਂਦੀ ਸਾਡੇ ਇਲਾਕੇ ਦੇ ਵਿੱਚ ਕਣਕ ਦੀ। ਇਨਸ਼ਾਅੱਲਾ ਅੱਗੇ ਜਿਹੜੀ ਸੂਰਤਿਆਲ ਹੋ ਗਈ ਭੈਣਾਂ ਭਰਾਵਾਂ ਨਾਲ, ਉਹ ਵੀ ਸ਼ੇਅਰ ਕਰਾਂਗੇ।